बाबा बंदा सिंह बहादुर इंजीनियरिंग कॉलेज फतेहगढ़ साहिब was established in 1993 by Baba Banda Singh Bahadur Educational Trust, formed under the patronage of Shiromani Gurdwara Prabandhak Committee. It is housed in a sprawling pollution-free campus of 90 acres. The college is approved by the AICTE, New Delhi Ministry of HRD, Government of India, and is affiliated to Punjab Technical University, Jalandhar. बाबा बंदा सिंह बहादुर इंजीनियरिंग कॉलेज फतेहगढ़ साहिब। बाबा बंदा सिंह बहादुर इंजीनियरिंग कॉलेज जो कि फतेहगढ़ साहिब विखे स्थित है, एक कॉलेज अपने इलाके में बहुत ही वधिया तरीके अपन सेवावान निभा रहा है। इतों का स्टाफ हमेशा ही बच्चों सिक्ख्या देने तैयार रहा है। कॉलेज विखे पंधक गतिविधियां करवाई जाती हैं। साड़ी टीम ने कॉलेज का दौरा किया। पेश है पंजाब प्लस टीम वालों एक रिपोर्ट।
ਉੱਥੇ ਬਾਬਾ ਬੰਦਾ ਸਿੰਘ ਬਹਾਦਰ ਆਰਮੀ ਦੇ ਵਿੱਚ ਐਡਮਿਸ਼ਨ ਲੈ ਕੇ, ਔਰ ਹੁਣ ਜਿਹੜੀ ਸਕਸੈਸ ਤੁਸੀਂ ਲੈ ਕੇ ਐਨ ਡੀ ਏ ਨੂੰ ਕਲੀਅਰ ਕਰਕੇ ਜਾ ਰਹੇ ਹੋ, ਕੀ ਕਰਿਆ? ਮੈਨੂੰ ਜਦ ਮੈਂ ਨਵਾਂ ਸੀਗਾ, ਮੈਨ ਵਾਸ ਨਿਊ ਇਨ ਦਾ ਅਕੈਡਮੀ, ਆਈ ਫੈਲਟ ਵੈਰੀ ਪ੍ਰਾਊਡ ਟੂ ਬੀ ਅ ਪਾਰਟ ਔਫ ਦਾ ਗ੍ਰੇਟ ਇੰਡੀਅਨ ਸਰਵਿਸਿਜ਼ ਅਕੈਡਮੀ ਵਿਚ ਪ੍ਰੀਪੇਅਰਸ ਯੰਗ ਮੈਂਟਰਸ ਫਰੋਮ ਵੇਰੀਅਸ ਸਟੇਟਸ ਔਫ ਇੰਡੀਆ ਟੂ ਬੀ ਦਾ ਪਾਰਟ ਔਫ ਇੰਡੀਅਨ ਡਿਫੈਂਸ ਸਰਵਿਸਿਜ਼। ਸੋ ਵੈਨ ਆਈ ਟੂਡੇ ਹੇਅਰ, ਅੱਜ ਜਦੋਂ ਮੈਂ ਇਸ ਮੁਕਾਮ 'ਤੇ ਪਹੁੰਚ ਚੁੱਕਿਆ ਆਪਣਾ ਰਿਟਨ ਕਲੀਅਰ ਕਰਨ ਤੋਂ ਬਾਅਦ ਐਨ ਡੀ ਏ ਦਾ, ਤਾਂ ਅੱਜ ਮੇਰੇ ਲਈ, ਮੇਰੇ ਜੂਨੀਅਰਸ ਵੀ ਮੇਰੇ ਲਈ ਇੱਕ ਮੇਰੇ ਸ਼ਿਸ਼ ਦੇ ਤੌਰ 'ਤੇ ਮੇਰੇ ਲਈ ਸਿੱਖਿਆ ਬਣ ਚੁੱਕਿਆ ਮੈਂ ਉਹਨਾਂ ਲਈ। ਅਤੇ ਅੱਜ ਮੈਨੂੰ ਬਹੁਤ ਹੀ ਮਾਣਯੋਗ ਫੀਲ ਹੋ ਰਿਹਾ ਹੈ ਕਿ ਮੈਂ ਆਪਣੀ ਅਕੈਡਮੀ ਲਈ ਕੁਛ ਨਾ ਕੁਛ ਜ਼ਰੂਰ ਕਰਕੇ ਜਾਵਾਂਗਾ। ਅਤੇ ਹੁਣ ਸਾਡੀ ਐਸ ਐਸ ਬੀ ਆ ਰਹੀ ਹੈ, ਉਸ ਲਈ ਸਾਡੀ ਪੂਰੀ ਖਿੱਚ ਕੇ ਤਿਆਰੀ ਚੱਲ ਰਹੀ ਹੈ, ਐਂਡ ਵੀ ਆਰ ਵੈਲ ਪ੍ਰੀਪੇਅਰਡ ਫੋਰ ਦੈਟ। ਔਰ ਐਜ਼ ਫਾਰ ਐਜ਼ ਸਟਾਫ ਇਜ਼ ਕੰਸਰਨ ਐਂਡ ਦੇਅਰ ਮੈਥਡ ਆਫ ਟੀਚਿੰਗ ਇਜ਼ ਕੰਸਰਨ, ਟੀਚਿੰਗ ਬਹੁਤ ਹੀ ਵਧੀਆ ਹੋ ਰਹੀ ਹੈ, ਜੋ ਕਿ ਪੰਜਾਬ ਦੇ ਬਾਕੀ ਇੰਸਟੀਟਿਊਟ ਸੱਚ ਐਜ਼ ਨਿਸ਼ਾਨ ਸਿੰਘ ਜੀ ਖਡੂਰ ਸਾਹਿਬ ਐਜ਼ ਵੈਲ ਐਜ਼ ਮਹਾਰਾਜਾ ਰਣਜੀਤ ਸਿੰਘ ਏ ਐਫ ਪੀ ਆਈ, ਉੱਥੇ ਜੋ ਫੈਕਲਟੀ ਜਾਂਦੀ ਹੈ, ਸਾਡੀ ਵੀ ਸੇਮ ਫੈਕਲਟੀ, ਉਸ ਤੋਂ ਵੀ ਵਧੀਆ ਟੀਚਰ, ਉਹਨਾਂ ਦੀ ਬੈਸਟ ਫੈਕਲਟੀ ਉਰੇ ਪ੍ਰੋਵਾਈਡ ਕੀਤੀ ਜਾਂਦੀ ਹੈ। ਭਾਅ ਜੀ, ਕਿੱਦਾਂ ਦਾ ਫੀਲ ਹੋਇਆ ਤੁਹਾਨੂੰ ਜਦੋਂ ਤੁਸੀਂ ਇੱਕਦਮ ਇਹ ਖੁਸ਼ੀ ਹੋਈ ਕਿ ਮੈਂ ਰਿਟਨ ਜਿਹੜਾ ਐਨ ਡੀ ਏ ਦਾ ਕਲੀਅਰ ਕੀਤਾ? Well, I was very excited, and when you see the word congratulations, it is very good for you. ਕਿਉਂਕਿ ਜੇ ਤੁਸੀਂ ਮਿਹਨਤ ਕਰ ਰਹੇ ਹੋ ਸੱਚੇ ਦਿਲ ਨਾਲ ਕਿਸੇ ਚੀਜ਼ ਨੂੰ ਪਾਉਣ ਲਈ, ਤਾਂ ਫਲ ਤਾਂ ਤੁਹਾਨੂੰ ਮਿਲਣਾ ਹੀ ਹੈ, ਕਿਉਂਕਿ ਸੁੱਤੇ ਪਏ ਦਾ ਲੱਕ ਨਹੀਂ ਚੱਲਦਾ, ਲੱਕ ਵੀ ਉਸੇ ਬੰਦੇ ਦਾ ਚੱਲਦਾ ਜਿਹੜਾ ਮਿਹਨਤ ਕਰਦਾ ਹੈ। ਵੈਨ ਬਿਕੋਜ਼ ਆਈ ਨਿਊ ਡੈਟ ਆਈ ਵਾਜ਼ ਇਨ ਗੁੱਡ ਹੈਂਡਸ ਐਂਡ ਆਈ ਵਿਲ ਸਕਸੀਡ ਇਨ ਇਟ, ਐਂਡ ਦਿਸ ਅਕੈਡਮੀ ਹੈਜ਼ ਡਨ ਦੀ ਰੈਸਟ ਫੋਰ ਮੀ, ਐਂਡ ਆਈ ਵੈਰੀ ਥੈਂਕਫੁਲ ਟੂ ਆਰ ਪ੍ਰਿੰਸੀਪਲ ਮੇਜਰ ਜਨਰਲ ਮਿਸਟਰ ਜੀ ਐਸ ਲਾਂਬਾ ਐਂਡ ਆਰ ਅਦਰ ਫੈਕਲਟੀ ਮੈਂਬਰਸ, ਬਿਕੋਜ਼ ਇਟਸ 80% ਆਫ ਦੇਅਰ ਐਫਰਟ ਐਂਡ 20% ਆਫ ਮਾਈਨ ਐਫਰਟ। ਬਟ ਮੈਂ ਅੱਗੇ ਸਾਡੇ ਆਉਣ ਵਾਲੇ ਜੋ ਉਰੇ ਆਉਣਗੇ ਸਟੂਡੈਂਟਸ, ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਜ਼ਿੰਦਗੀ 'ਚ ਕੁਝ ਬਣਨਾ ਚਾਹੁੰਦੇ ਹੋ, ਤਾਂ ਬਾਬਾ ਬੰਦਾ ਸਿੰਘ ਬਹਾਦਰ ਆਰਮ ਫੋਰਸਿਸ ਪ੍ਰਪੇਟਰੀ ਅਕੈਡਮੀ ਫਤਿਹਗੜ੍ਹ ਸਾਹਿਬ ਵਿੱਚ ਜ਼ਰੂਰ ਐਡਮਿਸ਼ਨ ਲਓ। ਕੀ ਕਹਿਣਾ ਚਾਹੋਗੇ ਇਸ ਅਕੈਡਮੀ ਦੇ ਬਾਰੇ ਔਰ ਇੱਥੇ ਦੀ ਪੜ੍ਹਾਈ ਦੇ ਬਾਰੇ? ਜਦ ਮੈਂ 2017 'ਚ ਇਹ ਅਕੈਡਮੀ ਜੁਆਇਨ ਕੀਤੀ, ਆਈ ਜੁਆਇਨ ਦਿਸ ਅਕੈਡਮੀ ਟੂ ਅਚੀਵ ਮਾਈ ਏਮ ਟੂ ਬਿਕਮ ਐਨ ਇੰਡੀਅਨ ਆਰਮੀ ਔਫਿਸਰ, ਐਂਡ ਆਈ ਐਮ ਸ਼ੋਰ ਕਿ ਮੈਂ ਇੱਥੋਂ ਆਪਣੀ ਅਕੈਡਮੀ 'ਚੋਂ ਇਹ ਮੁਕਾਮ ਹਾਸਲ ਕਰਨ ਦੇ ਪੂਰੇ ਯੋਗ ਹਾਂ, ਜੋ ਕਿ ਸਾਡੀ ਅਕੈਡਮੀ 'ਚ ਸਾਡੇ ਸਟਾਫ ਨੇ ਮੈਨੂੰ ਇਸ ਯੋਗ ਬਣਾਇਆ ਹੈ। ਕੀ ਤੁਹਾਡਾ ਮੈਸੇਜ ਰਹੂਗਾ ਅੱਜ, ਕਿਉਂਕਿ ਲੋਕ ਜਿਹੜੇ ਹੈਗੇ ਨੇ, ਕੋਈ ਗ੍ਰੈਜੂਏਸ਼ਨ ਵਾਲੇ ਜਾ ਰਿਹਾ, ਕੋਈ ਹੋਰ ਫੀਲਡਾਂ 'ਚ ਜਾ ਰਿਹਾ, ਕਿ ਅਗਰ ਉਹ ਇਸ ਫੀਲਡ ਜਿਸ ਨਾਲ ਦੇਸ਼ ਦੀ ਸੇਵਾ ਔਰ ਨਾਲ ਇੱਕ ਐਟੀਚਿਊਡ ਤੁਹਾਡਾ ਐਸਾ ਬਣ ਜਾਂਦਾ ਵੀ ਤੁਸੀਂ ਹੀਰੋ ਦੇ ਵਾਂਗੂ ਜਿਹੜਾ ਹੈਗਾ ਇਹਦੇ 'ਚ ਵਿਚਰਦੇ ਹੋ, ਅਸੀਂ ਦੇਖ ਰਹੇ ਹਾਂ ਬੜਾ ਤੁਹਾਡਾ ਬੋਡੀ ਲੈਂਗੁਏਜ ਆ ਜਿਹੜੀ ਆਮ ਜਿਹੜੇ ਆਪਾਂ ਕਾਲਜ ਜਾਂਦੇ ਹਾਂ ਉਹਨਾਂ ਨਾਲ ਬੋਡੀ ਲੈਂਗੁਏਜ ਦਾ ਬੜਾ ਫਰਕ ਹੈ। ਮੈਂ ਕਹਿਣਾ ਚਾਹਾਂਗਾ ਕਿ ਇੱਕ ਆਮ ਫੋਰਸਿਸ ਦੀ ਸਰਵਿਸ ਅੱਜ ਸਾਡੇ ਦੇਸ਼ ਵਿੱਚ ਇੱਕ ਸਭ ਤੋਂ ਉੱਤੇ ਦਰਜੇ ਦੇ ਦੇਖੀ ਜਾਂਦੀ ਹੈ, ਐਂਡ ਆਈ ਵਾਂਟ ਟੂ ਗਿਵ ਅ ਮੈਸੇਜ ਟੂ ਆਲ ਦਾ ਯੰਗਸਟਰ ਦੈਟ ਵੀ ਆਰ ਇਨ ਦਾ ਕੰਟਰੀ ਐਂਡ ਵੀ ਸ਼ੁੱਡ ਸਰਵ ਅਵਰ ਕੰਟਰੀ, ਐਂਡ ਦਾ ਬੈਸਟ ਵੇ ਟੂ ਸਰਵ ਦਾ ਕੰਟਰੀ ਟੂ ਇਜ ਟੂ ਜੁਆਇਨ ਡਿਫੈਂਸ ਫੋਰਸਿਸ। ਕੀ ਕਹਿੰਦਾ ਬੇਟਾ ਇਸ ਕਾਲਜ? ਦੇਖੋ, ਮੇਰਾ ਕਹਿਣਾ ਇਹ ਹੈ ਕਿ ਜਦੋਂ ਕੋਈ ਵੀ ਆਪਾਂ ਕੰਮ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ਆਪਾਂ ਉਹਨੂੰ ਮਨ 'ਚ ਠਾਣ ਲੈਂਦੇ ਹਾਂ, ਅਤੇ ਜਦੋਂ ਆਪਾਂ ਕਿਸੇ ਚੀਜ਼ ਨੂੰ ਆਪਣੇ ਮਨ 'ਚ ਠਾਣ ਲਿਆ ਅਤੇ ਆਪਾਂ ਉਸ ਕੰਮ ਕਰਨ ਨੂੰ ਉਹ ਆਪਣਾ ਜੀ ਜਾਨ ਲਾ ਦਿੰਦੇ ਹਾਂ, ਅਤੇ ਸਭ ਤੋਂ ਪਹਿਲੀ ਗੱਲ ਇਸ ਕੰਮ ਨੂੰ ਕਰਨ ਲਈ ਹੁੰਦੀ ਹੈ ਕਿ ਆਪਾਂ ਨੂੰ ਇੱਕ ਗਾਈਡਲਾਈਨ ਦੀ ਜ਼ਰੂਰਤ ਹੁੰਦੀ ਆ, ਐਂਡ ਦਿਸ ਅਕੈਡਮੀ ਬਾਬਾ ਬੰਦਾ ਸਿੰਘ ਬਹਾਦਰ ਆਰਮ ਫੋਰਸ ਪ੍ਰੈਪਰੇਟਰੀ ਅਕੈਡਮੀ ਫਤਿਹਗੜ੍ਹ ਸਾਹਿਬ ਹੈਜ਼ ਪ੍ਰੋਵਾਈਡ ਮੀ ਦੈਟ ਗਾਈਡਲਾਈਨ ਟੂ ਬਿਕਮ ਐਨ ਆਫਿਸਰ ਇਨ ਆਰਮ ਫੋਰਸਿਸ, ਬਿਕੋਜ਼ ਦਿਸ ਅਕੈਡਮੀ ਇਹ ਅਕੈਡਮੀ ਸਾਨੂੰ ਉਹ ਆਫਿਸਰ ਲਾਈਕ ਕੁਆਲਿਟੀਜ਼ ਆਪਣੇ ਆਪ ਹੀ ਸਾਡੇ ਅੰਦਰ ਵਿਚਰਦੀਆਂ ਨੇ ਜਦੋਂ ਸਾਨੂੰ ਉਹ ਸ਼ਡਿਊਲ ਅਤੇ ਰੂਟੀਨ ਦੇ ਥਰੂ ਕਰਾਇਆ ਜਾਂਦਾ, ਜਿਵੇਂ ਕਿ ਸਾਨੂੰ ਆਲਰੇਡੀ ਮੇਡ ਆਫਿਸਰਸ ਨਾਲ ਇੰਟਰੈਕਟ ਕਰਵਾਇਆ ਜਾਂਦਾ ਅਤੇ ਸਾਨੂੰ ਉਹਨਾਂ ਦੀ ਰੂਟੀਨ ਫੋਲੋ ਕਰਵਾਈ ਜਾਂਦੀ। ਤਾਂ ਮੇਰਾ ਕਹਿਣਾ ਇਹ ਹੈ ਕਿ ਜਦੋਂ ਆਪਾਂ ਕਿਸੇ ਵੀ ਕੰਮ ਨੂੰ ਕਰਨਾ ਹੁੰਦਾ ਤਾਂ ਸਾਨੂੰ ਸਭ ਤੋਂ ਪਹਿਲਾਂ ਉਹਦੇ ਬੇਸਿਕ ਕੀ ਨੇ ਉਹ ਪਛਾਣਨੇ ਪੈਂਦੇ ਆ, ਅਤੇ ਉਸ ਤੋਂ ਬਾਅਦ ਵੀ ਨੀਡ ਟੂ ਫਾਈਂਡ ਦੈਟ ਉਹਦੇ ਲਈ ਕੀ ਜ਼ਰੂਰਤਾਂ ਨੇ, ਤਾਂ ਇਹ ਅਕੈਡਮੀ ਸਾਨੂੰ ਉਹ ਸਭ ਦਿੰਦੀ ਆ। ਅਤੇ ਮੈਂ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਵੀ ਤੁਹਾਡਾ ਵੀ ਮਨ ਹੈ ਕਿ ਡਿਫੈਂਸ ਫੋਰਸ ਦੇ ਲਾਈਨ 'ਚ ਜਾਣਾ ਐਜ਼ ਐਨ ਆਫਿਸਰ, ਤਾਂ ਤੁਸੀਂ ਇਹ ਅਕੈਡਮੀ ਨੂੰ ਜ਼ਰੂਰ ਜੁਆਇਨ ਕਰੋ। ਬਟ ਕੀ ਨਾਮ ਆ ਤੁਹਾਡਾ, ਕਿਸ ਜਗ੍ਹਾ ਤੋਂ ਬਿਲੋਂਗ ਕਰਦੇ ਹੋ? ਸਰ, ਆਈ ਐਮ ਕਰਨਦੀਪ ਸਿੰਘ ਅਤੇ ਮੈਂ ਪਠਾਨਕੋਟ ਤੋਂ ਬਿਲੋਂਗ ਕਰਦਾ। ਕਿੰਨੀ ਖੁਸ਼ੀ ਹੋਈ ਤੁਹਾਡੇ ਪੇਰੈਂਟਸ ਨੂੰ ਜਦੋਂ ਤੁਸੀਂ ਰਿਟਨ ਕਲੀਅਰ ਕੀਤਾ, ਔਰ ਤੁਹਾਡੇ ਆਪਣੇ ਮਨ ਨੂੰ?
देखो सर, खुशी तो होंगी ही है जो किसी के बच्चा जो आर्म फोर्सिस का पेपर क्लीयर करता है, जोड़ा कि एक ऑल इंडिया एग्जाम है, ऑल इंडिया लैवल का एग्जाम क्लीयर किया है, तो मैं अपनी खुशी को इदा लफ्जा च बयान नहीं कर सकता। एंड इट वॉज अ वेरी इलेटेड मूमेंट दैट आई हैव क्लीयर दैट एग्जामीनेशन एंड आई एम क्वाइट कॉन्फिडेंट दैट आई विल क्लीयर द एस एस बी ऑल्सो। एक ऐसी अकैडमी जी केवल विद्या का दान है, वो चाहे कल्चरल एक्टिविटीज की गल हो, गेम्स की गल हो, बॉडी लैंग्वेज की गल हो, हर चीज़ में वो उपर उठाती है, कि कहना चाहिए? दिस अकैडमी हैज प्रोवाइडेड मी अ ग्रेट अपॉर्चुनिटी टू क्लीयर द रिटन NTA एग्जाम एंड आई एम वेरी होपफुल दैट आई विल क्लीयर SSB ऑल्सो। एंड दिस प्रोवाइडेड विद एजुकेशन मैनी अदर फिजिकल एंड मेंटल एक्टिविटीज दैट आवर वी आर टेकन टू ऑब्स्टैकल ग्राउंड एंड various type of grounds are also like hockey, football and other grounds, and we are prepared mentally and physically well, and this I can say that this academy is a good platform for clearing NTA exam. Jagdeep Singh from Gurdaspur, and I am being a part of Banda Singh Bahadur Armed Forces Preparatory Academy, and I have cleared my NTA examination whose results were declared on 29th of November, and I am very hopeful that I will clear the SSB also. And this academy not only provides us only studies, because we all know that being an officer, we can't go with only studies and only intellectual part. You should be mentally, physically and socially adaptable. So all these things are provided in this academy. There are lectures, GDs and even the ground portions is there, in which we go for the football, volleyball and other inter-squadron matches. So all these things are provided by this academy, and this academy makes us an officer in us. Thank you. I am Cadet Tushar Kohli and I am from Khanna. I came here with a dream to become an officer in Armed Forces Preparatory Academy. This academy gives me a lot of things and improve my personality and physical and mentally activities. This academy trains young students came from different states and with the plus one two integrated course. अपना NTA written exam clear किया था, मैंने बड़ी खुशी हुई, तो मेरे घर दे भी बड़े खुश हुए। तो वह फीलिंग मैं एक्सप्लेन नहीं कर सकता। मैं सतवें समान से जो कंग्रेचुलेशन वर्ड सुने मैं। मैं डॉक्टर JS ओबराय, प्रोफेसर ऑफ मकैनिकल इंजीनियरिंग और हैड ट्रेनिंग एंड प्लेसमेंट डिपार्टमेंट बाबा बंदा सिंह बहादुर इंजीनियरिंग कॉलेज फतेहगढ़ साहब विखे पिछले 23 सालों तो सेवा निभा रहे हैं। बाबा बंदा सिंह बहादुर इंजीनियरिंग कॉलेज विच बच्चों की ट्रेनिंग ते प्लेसमेंट का बहुत ध्यान रखा जाता है, जिस दे विच असी इसनों दो भाग दे विच वंडिया है, एक ट्रेनिंग का ते दूसरा प्लेसमेंट का। बच्चों के सर्वपक्षी विकास वास्ते असी ट्रेनिंग दे विच बच्चों उन्होंने अकैडमिक पढ़ाई तो इलावा 8 सेमेस्टर दे विच टोटल 320 घंटिया का एक परसनैलिटी एनहांसमेंट प्रोग्राम चलाया है, जिदे विच बच्चों के लॉजिकल स्किल्स, इंग्लिश ते होर जिहड़ी उन्होंने कंपनी प्लेसमेंट रिलेटिड ग्रूमिंग है वो असी करते हैं।
इस प्रोग्राम तो इलावा साडी जिहड़े प्लेसमेंट से है पिछले 3 सालों के लगभग 400+ कंपनीज साडी कैंपस के विजिट की हैं या साडे बच्चों ने डिफरेंट डिफरेंट ऑफ कैंपस ड्राइव के शमूलीयत की है तो लगभग इन्ने ही बच्चे साडे प्लेस हुए ने जिहड़ियां कि कंपनियां नामवर कंपनियां ने चाहे वह MNCs हो चाहे इंडिया के हो साडे बच्चों के जिहड़े प्रेजेंट बच्चे ने इस तो इलावा लगभग 9000 बच्चे इस कॉलेज पिछले 25 सालों तो पास हो गए हैं जिहड़े इस वेले दुनिया विच अलग अलग शहरां दे विच अलग अलग दुनिया के कंट्रीज़ दे विच बहुत ही अच्छी पोजिशनस जिदा पैकेज लगभग अज की डेट के 1 to 1.5 करोड़ तक का है वो कम कर रहे हैं। साडे जिहड़े बच्चे ने साडी जिहड़ी अलुमनी है वह सिर्फ बच्चों नूं सपोर्ट ही नहीं करती उन्हां दी शख्सियत नूं निखारन वास्ते भी हमेशा तत्पर रहती है। इस तो इलावा साढ़े जिहड़े बच्चे ने जिन्हें जिन्हें लोड़वंद होंदी है तो साड़ी यही 9000 के जिहड़े प्लस अलुमनी बच्चे ने इन्हां ने अपने जिहड़ी कमाई है उहदे विच्चों जिहड़े लोड़वंद बच्चे ने हर साल उन्हां दी फाइनैंशियल सपोर्ट भी करते हैं ता जो बच्चे एक वधिया सिक्ख्या लैके अपने जिंदगी दे विच अपने पैरों के उत्ते खड़े हो सकन। इस दे नाल ही असी कॉलेज दे विच एक अर्न वाइल लर्न प्रोग्राम भी चलाया है जिदे विच 2 कंपनियां साडी कॉलेज दे विच साडे अलुमनिया ने सैट कीतियां हैं ते इस तो इलावा साडे जिहड़े बच्चे ट्रेनिंग ते जांदे ने वो इंटर्नशिप ड्राइव दे विच जांदे ने ता जो बच्चे अपने डिग्री दे नाल नाल अपने डिग्री दा खर्चा कुछ हद तक आप कट सकन आप कमा सकन। इस प्रोग्राम दे विच बच्चे जिहड़े अपनी 6 महीने की ट्रेनिंग जाते हैं उहदे विच 8 to 10 हज़ार 15 हज़ार हरेक बच्चे अपनी काबिलियत के हिसाब से हर महीने कमा रहा है तो अपनी डिग्री के दौरान ही अपनी एक शख्सियत में एक पूर्ण शख्सियत बनाने वास्ते हर पक्षों मेहनत भी कर रहा है तो उहदे विच कामयाब भी हो रहा है। धन्यवाद। मैं डॉक्टर लखविंदर सिंह प्रोफेसर ऑफ इलैक्ट्रिकल इंजीनियरिंग डीन अकैडमिक्स बाबा बंदा सिंह बहादुर इंजीनियरिंग कॉलेज पिछले 25 साल तो सेवा निभा रहा हाँ। यह कॉलेज बाबा बंदा सिंह बहादुर जी के नाम से 1993 श्रोमणी गुरद्वारा प्रबंधक कमेटी श्री अमृतसर साहब जी के यत्ना सदका शुरू होया। इस कॉलेज का मुख्य मनोरथ पंजाब के बच्चों टैक्निकल विद्या देन दा सी जो कि यह उस समय दे विच पंजाब दे विच एक पहला प्राइवेट सैल्फ फाइनैंसिंग कॉलेज सी जिहड़ा अपनी कमाई दे नाल ही अपनियां फीसां दे नाल ही अपने पूरे कॉलेज के खर्चों नूं चलाउंदा सी। 1993 तो लैके हुण तक 25 सालां दे समें दे विच इस कॉलेज दे विच्चों वख-वख डिपार्टमेंटां दे विच्चों बच्चों ने विद्या प्राप्त करके अज गवर्नमेंट सैक्टर या नैशनल लैवल ते ही नहीं इंटरनैशनल लैवल ते भी मल्लां मारियां ने और दुनिया दे कोने कोने विच साडे पढ़े हुए इत्थों दे विद्यार्थी अपना खुशी भरिया जीवन बतीत कर रहे ने। उही साडा इस कॉलेज का जिवें कह लो कि एक सैलिंग पॉइंट अलुमनी जिन्हें भी पुराने साडे बच्चे ने पास आउट ने हर साल असी अलुमनी मीट करवाने जिदे विच ओ बच्चे इत्थे आके अपनी शमूलियत देंदे ने और साडे बच्चों नू गाइड भी करदे ने क्योंकि वह इस संस्था के विचों पढ़ के अज जिंदगी दे विच खुशियां माण रहे ने। साडे स्टूडेंट्स की सर्वपक्षी विकास लई असी उहनां नू पढ़ाई दे नाल नाल स्पोर्ट्स दे विच वख-वख खेडां दे विच साडे कोल फैसिलिटीज़ ने कल्चरल दे विच साडे स्टूडेंट्स ने पिछले तकरीबन 5 साल तो लगातार जिहड़ी यूनिवर्सिटी की ट्रॉफी जित के इस कॉलेज के नाम नू उच्चा किया और विद्यार्थियों की पढ़ाई लिखाई के नाल नाल असी उहनां दा परसनैलिटी डिवेलपमेंट उहनां दी प्लेसमेंट उहनां दे बाकी जिहड़े जिंदगी दे विच पहलू ने उन्हां दे विच भी खास ध्यान असी रखते हाँ क्योंकि साडे कोले बच्चों के लिए रेजीडेंशियल एरिया है। साडे कोले 7 हॉस्टल्स ने जिदे विचों 2 हॉस्टल लड़कियां दे 5 हॉस्टल बच्चे मुंडियां दे ने और बच्चों ने हॉस्टल दे विच अपनी जिंदगी जीवनी अपने आप नूं किवें सिविलाइज़ करना उहदे लई वी असी उन्हां दा पूरा ध्यान रखते हाँ ताकि बच्चे जिंदगी दे विच एक पढ़ाई लिखाई एक टैक्निकल एजुकेशन दे नाल नाल अपने जीवन दे विच बाकी पक्खां दे विच वी परिपक्व होण। क्योंकि इत्थे इह गल मैं जरूर कहना चाहांगा कि जे बच्चे अपनी विद्या दे नॉलेज दे विच ओह परिपक्व ने तां ओह दुनिया दे किसे भी कोने च चले जाण ओह अपने आप नूं प्रूव करनगे कि मैं एक वाकया ही टैक्निकल एजुकेशन इंस्टीट्यूट और एक चंगे विद्यक अदारे दे विचों विद्या प्राप्त की है। वाहेगुरू जी का खालसा वाहेगुरू जी की फतेह। बाबा बंदा सिंह बहादुर आर्म फोर्स मिलिट्री अकैडमी इज द वेंचर ऑफ श्रोमणी गुरुद्वारा प्रबंधक कमेटी विच गिव्स एडमिशन टू द यंग यूथ टू ज्वाइन इंडियन आर्म फोर्सेज एज द ब्राइट करियर। Here in the academy, the training is given in 2 different phases.
The first phase of the training contains the dedicated studies towards their academic excellence of plus one and plus two non-medical schooling. And the second phase contains the personality grooming and service selection board interview training. Recently, more than 31 cadets of the academy got success by clearing National Defence Service Examination and Merchant Navy Examination for the officer entry. The staff of Baba Banda Singh Bahadur Armed Force Preparatory Academy is putting all efforts towards the betterment of the cadets, and we are very sure that day is not far away when the young youth of the Punjab is going to get motivated to join Indian Armed Forces as the bright career. Jai Hind. Thank you.
ਵਿੱਚ ਪੰਜਾਬ ਹਰਿਆਣਾ ਹਿਮਾਚਲ ਦਿੱਲੀ 'ਚ ਨਹੀਂ ਬਲਕਿ ਸਾਰੇ ਵਰਲਡ ਦੇ ਵਿੱਚ ਆਪਣਾ ਨਾਮ ਜਿਹੜਾ ਹੈਗਾ ਉਹ ਕਮਾ ਰਹੀਆਂ ਨੇ ਔਰ ਇੱਥੋਂ ਦੇ ਬੜੇ ਸਟੂਡੈਂਟ ਡਿਫਰੈਂਟ ਬੋਕਸ 'ਚ ਜਾ ਕੇ ਕੇਵਲ ਆਪਣੇ ਆਪਣੇ ਫੀਲਡ 'ਚ ਹੀ ਨਿਪੁੰਨ ਨਹੀਂ ਬਲਕਿ ਇਨਸਾਨੀਅਤ ਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਉਹਨਾਂ ਦਾ ਮਾਇੰਡ ਹੈਗਾ ਕੀ ਕਹਿਣਾ ਚਾਹੁੰਦੇ ਇਹ ਸਾਨੂੰ ਮਾਣ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਜੂਕੇਸ਼ਨ ਦੇ ਇਸ ਤਰ੍ਹਾਂ ਦੇ ਅਦਾਰੇ ਸ਼ੁਰੂ ਕੀਤੇ ਜਿਸ ਵਿੱਚ ਪੰਜਾਬ ਦਾ ਯੂਥ ਇੱਥੇ ਹੀ ਅੱਛੀ ਤੋਂ ਅੱਛੀ ਵਿੱਦਿਆ ਪ੍ਰਾਪਤ ਕਰਕੇ ਅੱਗੋਂ ਸਮਾਜ ਦਾ ਇੱਕ ਬਹੁਮੁੱਲ ਅੰਗ ਬਣ ਸਕਦਾ ਉਹਨੂੰ ਸਿਰਫ ਯੂਨੀਵਰਸਿਟੀ ਦੀ ਪੜ੍ਹਾਈ ਦੇ ਬਾਰੇ ਹੀ ਨਹੀਂ ਉਹਨੂੰ ਇੱਕ ਅੱਛੇ ਮਨੁੱਖ ਬਣਨ ਦੀ ਵੀ ਤਿਆਰੀ ਕਰਾਈ ਜਾਂਦੀ ਹੈ ਧਰਮ ਦੇ ਨਾਲ ਉਹਨੂੰ ਜੋੜ ਕੇ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਹੁਣ ਇਹ ਜਿਹੜੇ ਨਵੇਂ ਉਪਰਾਲੇ ਸ਼ੁਰੂ ਕੀਤੇ ਗਏ ਨੇ ਕਿ ਸਾਨੂੰ ਆਪਣੇ ਜਵਾਨ ਬੱਚਿਆਂ ਨੂੰ ਕਿਸੇ ਵੀ ਲਾਈਨ ਵਿੱਚ ਜਾਣ ਉਹਦੇ ਅੰਦਰ ਇਹਨਾਂ ਨੂੰ ਲੀਡਰ ਦੇ ਤੌਰ ਦੇ ਉੱਤੇ ਅਫਸਰ ਰੈਂਕਸ ਦੇ ਅੰਦਰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਉਪਰਾਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਤੋਂ 2 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਆਰਮਡ ਫੋਰਸਿਸ ਪ੍ਰਿਪਰੇਟਰੀ ਅਕੈਡਮੀ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਸੋਚ ਉਸ ਵੇਲੇ ਦੇ ਪ੍ਰਧਾਨ ਸਾਹਿਬ ਦੀ ਔਰ ਉਸ ਤੋਂ ਬਾਅਦ ਹੁਣ ਵੀ ਸਾਡੇ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਦੀ ਇਹ ਸੋਚ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਹਿੰਦੁਸਤਾਨ ਦੀ ਆਰਮਡ ਫੋਰਸਿਸ ਔਰ ਪੈਰਾਮਿਲਟਰੀ ਫੋਰਸਿਸ ਦੇ ਅੰਦਰ ਅਫਸਰ ਰੈਂਕ ਦੇ ਉੱਤੇ ਕਿਸ ਤਰ੍ਹਾਂ ਇੰਡਕਟ ਕਰ ਸਕੀਏ ਤਾਂ ਕਿ ਸਾਡੀ ਜਿਹੜੀ ਕਮੀ ਇਹ ਆਰਮਡ ਫੋਰਸਿਸ ਵਿੱਚ ਹੈ ਉਹਨੂੰ ਅੱਛੀ ਤਰ੍ਹਾਂ ਪੂਰਾ ਕੀਤਾ ਜਾ ਸਕੇ ਉਹਨਾਂ ਬੱਚਿਆਂ ਨੂੰ ਤਿਆਰ ਕਰਨ ਲਈ ਇਹ ਅਦਾਰਾ ਸ਼ੁਰੂ ਕੀਤਾ ਗਿਆ ਸੀ ਸਰ ਜਦੋਂ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਅੱਜ ਜਿਹੜਾ ਯੂਥ ਹੈਗਾ ਹਿੰਦੁਸਤਾਨ ਦਾ ਪੰਜਾਬ ਦਾ ਉਹ ਬਾਹਰ ਨੂੰ ਭੱਜ ਰਿਹਾ ਪਰ ਉਹ ਜਿਹਦੇ ਵਿੱਚ ਕਿਉਂਕਿ 10th ਤੋਂ ਬਾਅਦ ਦੇ ਵਿੱਚ ਐਸੀ ਸਿੱਖਿਆ ਦੇਣਾ ਜਿਹਦੇ ਨਾਲ ਉਹ ਜੋਬ ਓਰੀਐਂਟਡ ਵੀ ਹੁੰਦੇ ਨੇ ਔਰ ਉਹਨਾਂ ਦਾ ਇੱਕ ਕਲਚਰ ਜਿਹੜਾ ਹੈਗਾ ਉਹ ਡਿਫਰੈਂਟ ਹੀ ਹੋ ਜਾਂਦਾ ਉਹ ਲੱਗਦੇ ਨਹੀਂ ਵੀ ਉਹੀ ਸਾਡੇ ਜਿਹੜੇ ਹੈਗੇ ਆ ਪਿੰਡਾਂ ਤੋਂ ਜਾਂ ਸ਼ਹਿਰਾਂ ਤੋਂ ਆਏ ਹੋਏ ਬੱਚੇ ਨੇ ਉਹਨਾਂ 'ਚ ਇੱਕ ਡਿਫਰੈਂਟ ਅਸੀਂ ਅੱਜ ਜਿਸ ਤਰੀਕੇ ਦੇ ਨਾਲ ਕਵਰ ਕਰਕੇ ਸਾਰੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਦੇਖਿਆ ਉਹਨਾਂ ਬੱਚਿਆਂ ਦਾ ਐਟੀਟਿਊਡ ਦੂਸਰੇ ਬੱਚਿਆਂ ਨੂੰ ਬਹੁਤ ਹੀ ਡਿਫਰੈਂਟ ਲੱਗ ਰਿਹਾ ਹੈਗਾ ਉਹਨੂੰ ਹੁਣ ਹੀ ਮਤਲਬ ਉਹ ਲੱਗ ਰਹੇ ਨੇ ਹਾਲੇ ਤਾਂ ਉਹਨਾਂ ਨੇ ਥੋਰੈਟੀਕਲੀ ਇਗਜ਼ਾਮ ਕਲੀਅਰ ਕੀਤੇ ਨੇ ਪਰ ਦੇ ਆਰ ਲੁਕਿੰਗ ਕਿ ਉਹ ਲੜਕੇ ਨੇ ਔਰ ਉਹਨਾਂ ਦੇ ਵਿੱਚ ਉਹੀ ਚੀਜ਼ਾਂ ਚੱਲ ਰਹੀਆਂ ਤੁਹਾਡਾ ਕਹਿਣਾ ਬਿਲਕੁਲ ਠੀਕ ਹੈ ਕਿ ਪੰਜਾਬ ਵਿੱਚ ਪਿਛਲੇ ਕੁਛ 3 ਦਹਾਕਿਆਂ ਤੋਂ ਇਹ ਟ੍ਰੈਂਡ ਚੱਲ ਪਿਆ ਜਿਸ ਵਿੱਚ ਕਿ ਯੂਥ ਸਾਡਾ ਉਹ ਬਾਹਰ ਜਾਣ ਦੇ ਵਿੱਚ ਉਹਦਾ ਜ਼ਿਆਦਾ ਇੰਟਰਸਟ ਹੋ ਗਿਆ ਉਹਦੀਆਂ ਕੁਛ ਵਜ੍ਹਾ ਨੇ ਕਿਉਂਕਿ ਸਾਡੇ ਪੰਜਾਬ ਦੇ ਅੰਦਰ ਇੰਪਲੋਇਮੈਂਟ ਅਪਰਚੁਨਿਟੀਜ਼ ਬੱਚਿਆਂ ਵਾਸਤੇ ਓਨੀਆਂ ਅੱਛੀਆਂ ਨਹੀਂ ਵੱਧ ਪਾਈਆਂ ਇਸ ਦੇ ਨਾਲ ਹੀ ਬਾਹਰ ਦੇ ਕੁਛ ਕੰਟਰੀਜ਼ ਜਿਨ੍ਹਾਂ ਨੂੰ ਕਿ ਹਿੰਦੁਸਤਾਨੀ ਜਿਹੜੇ ਬੱਚੇ ਉੱਥੇ ਜਾਂਦੇ ਨੇ ਉਹਨਾਂ ਨੂੰ ਉਹ ਸਸਤੇ ਲੇਬਰ ਦੀ ਤਰ੍ਹਾਂ ਇਸਤੇਮਾਲ ਕਰਦੇ ਨੇ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਉਹ ਤਾਂ ਅੱਛੇ ਜੋਬਸ 'ਤੇ ਜਾਂਦੇ ਨੇ ਬਾਕੀ ਜਿਹੜੇ ਨਾਮੂਲੀ ਬੱਚੇ ਜਾਂਦੇ ਨੇ ਇੱਥੋਂ ਆਇਲਸ ਕੋਰਸ ਕਰਕੇ 10ਵੀਂ ਤੋਂ ਬਾਅਦ 12ਵੀਂ ਤੋਂ ਬਾਅਦ ਉਹ ਸਾਰੇ ਬੇਸਿਕਲੀ ਲੇਬਰ ਕਲਾਸ ਦੇ ਜੋਬਸ 'ਚ ਉੱਥੇ ਜਾਂਦੇ ਨੇ ਔਰ ਉਹਨਾਂ ਨੇ ਉਹਨਾਂ ਨੂੰ ਪ੍ਰੋਤਸਾਹਨ ਕਰਕੇ ਆਪਣਾ ਜਿਹੜੇ ਵੀਜ਼ੇ ਦੀਆਂ ਕੰਡੀਸ਼ਨਾਂ ਨੂੰ ਵੀ ਕਾਫੀ ਹਲਕਾ ਕੀਤਾ ਇਸ ਨਾਲ ਜ਼ਰੂਰ ਟ੍ਰੈਂਡ ਚੱਲਿਆ ਪਰ ਮੈਂ ਇਹ ਪੂਰੀ ਤਰ੍ਹਾਂ ਸਮਝਦਾ ਕਿ ਅਗਰ ਸਾਡੇ ਪੇਰੈਂਟਸ ਸਾਡਾ ਸਮਾਜ ਇਹ ਆਪਣੀ ਜ਼ਿੰਮੇਵਾਰੀ ਸਮਝਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਛੇ ਅਹੁਦਿਆਂ 'ਤੇ ਲਗਾਉਣਾ ਹੈ ਨਾ ਕਿ ਅਸੀਂ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਉਹਨਾਂ ਨੂੰ ਲੇਬਰ ਕਲਾਸ 'ਚ ਲਗਾਉਣਾ ਉਹ ਇੱਥੇ ਹੀ ਤਿਆਰ ਕੀਤੇ ਜਾ ਸਕਦੇ ਨੇ ਔਰ ਇਹਦੇ ਉਪਰਾਲੇ ਇੱਥੇ ਪੂਰੀ ਤਰ੍ਹਾਂ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਵੀ ਜੇ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਹੀ ਅੱਛੀ ਵਿੱਦਿਆ ਲੈ ਕੇ ਅੱਛੇ ਅਹੁਦਿਆਂ 'ਤੇ ਜਾਣ ਵਾਸਤੇ ਤਿਆਰ ਕਰਾਂਗੇ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਮਾਜ ਦੇ ਅੰਦਰ ਇਹ ਕੌਨਫੀਡੈਂਸ ਆਏਗਾ ਔਰ ਬੱਚੇ ਬਾਹਰ ਜਾ ਕੇ ਲੇਬਰ ਕਲਾਸ 'ਤੇ ਕੰਮ ਕਰਨ ਦੀ ਬਜਾਏ ਇੱਥੇ ਰਹਿ ਕੇ ਅਫਸਰ ਬਣਨ ਦੀ ਤਿਆਰੀ ਕਰਨ ਨੂੰ ਜ਼ਿਆਦਾ ਤਵੱਜੋ ਦੇਣਗੇ ਮੈਨੂੰ ਇਸ ਗੱਲ ਦੇ ਉੱਤੇ ਪੂਰਾ ਵਿਸ਼ਵਾਸ ਹੈ ਔਰ ਇਸ ਬਾਬਾ ਬੰਦਾ ਸਿੰਘ ਬਹਾਦਰ ਆਰਮ ਫੋਰਸਿਸ ਪ੍ਰਿਪਰੇਟਰੀ ਅਕੈਡਮੀ ਦੇ ਅੰਦਰ ਅਸੀਂ ਬੱਚਿਆਂ ਨੂੰ ਉਸ ਤਰ੍ਹਾਂ ਦੀ ਤਿਆਰੀ ਕਰਾ ਰਹੇ ਹਾਂ ਕਿ ਉਹ ਬੱਚੇ ਨਾ ਹੀ ਸਿਰਫ ਆਰਮੀ ਨੇਵੀ ਏਅਰ ਫੋਰਸ ਦੇ ਅੰਦਰ ਐਜ਼ ਅਫਸਰ ਭਰਤੀ ਹੋਣ ਬਲਕਿ ਇਸ ਤੋਂ ਇਲਾਵਾ ਬੱਚੇ ਜਿਹੜੇ ਬਾਕੀ ਪੈਰਾਮਿਲਟਰੀ ਫੋਰਸਿਸ ਵਿੱਚ ਨੇ ਉਹਦੇ ਵਿੱਚ ਜਾਣ ਜਿਹੜੇ ਬੱਚੇ ਅੱਗੋਂ ਇੰਜੀਨੀਅਰਿੰਗ ਕਰਨਾ ਚਾਹੁੰਦੇ ਨੇ ਜਾਂ ਹੋਰ ਕਿਸੇ ਵੀ ਪ੍ਰੋਫੈਸ਼ਨ ਵਿੱਚ ਜਾਣਾ ਚਾਹੁੰਦੇ ਨੇ ਉਹਦੇ ਵਿੱਚ ਉਹਨਾਂ ਦੀ ਪਰਸਨੈਲਿਟੀ ਇੰਨੀ ਜ਼ਿਆਦਾ ਡਿਵੈਲਪ ਹੋਏ ਕਿ ਉਹ ਐਜ਼ ਏ ਲੀਡਰ ਕਿਸੇ ਵੀ ਪ੍ਰੋਫੈਸ਼ਨ ਵਿੱਚ ਜਾਣ ਉੱਥੇ ਪਤਾ ਚੱਲ ਜਾਏ ਕਿ ਹਾਂ ਇਹ ਬੱਚੇ ਕਿਸ ਲੈਵਲ ਦੇ ਹਨ ਔਰ ਆਪਣੇ ਬਾਕੀ ਸਾਥੀਆਂ ਤੋਂ ਉਹ ਅੱਗੇ ਵੱਧ ਕੇ ਲੀਡਿੰਗ ਰੋਲ ਦੇ ਅੰਦਰ ਹੀ ਸਿਰਫ ਕੰਮ ਕਰਨ ਸਰ ਕੀ ਤੁਹਾਡਾ ਮੈਸੇਜ ਰਹੂਗਾ ਸਾਡੇ ਦੇਖਣ ਵਾਲੇ ਪੇਰੈਂਟਸ ਨੂੰ ਔਰ ਸਟੂਡੈਂਟਸ ਨੂੰ ਕਿਉਂਕਿ 10th ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਇੱਕ ਭਾਵਨਾ ਕਦੇ +2 ਦੀ ਆਉਂਦੀ ਆ ਕਦੇ
ਕਿੱਦਾਂ ਉਹਨਾਂ ਦਾ ਮਾਇੰਡ ਜਿਹੜਾ ਵਿਵਰ ਹੁੰਦਾ ਔਰ ਕਈ ਪੇਰੈਂਟਸ ਜਿਹੜੇ ਆ ਜ਼ਿਆਦਾ ਪੇ ਵੀ ਨਹੀਂ ਕਰ ਸਕਦੇ ਹੁੰਦੇ ਤਾਂ ਕੀ ਤੁਸੀਂ ਉਹਨਾਂ ਨੂੰ ਕਹਿਣਾ ਚਾਹੋਗੇ ਕਿ ਇੱਕ ਐਸੀ ਲਾਈਨ ਜਿਹੜੀ ਇੱਥੇ ਐਸ ਜੀ ਬੀ ਸੀ ਨੇ ਸ਼ੁਰੂ ਕੀਤੀ ਹੈਗੀ ਹੈ ਜਿਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਰੇਕ ਬੱਚੇ ਹੀ ਮੈਂ ਕਹਿੰਦਾ ਅਬਾਊਟ ਕਲਾਸ ਦੇ ਜਿੰਨੇ ਵੀ ਬੱਚੇ ਸੀਗੇ 8 ਬੱਚੇ ਤਾਂ ਜਿਹੜੇ ਸਿਲੈਕਟ ਹੋਏ ਨੇ ਲੇਕਿਨ ਹਰੇਕ ਬੱਚੇ ਦਾ ਜਿਹੜਾ ਮੈਂਟਲ ਲੈਵਲ ਉਹ ਦੇਖਣ ਨੂੰ ਪਾਉਂਦਾ ਸੀਗਾ ਕੀ ਕਹਿਣਾ ਤੁਸੀਂ ਮੈਂ ਪੇਰੈਂਟਸ ਨੂੰ ਔਰ ਆਮ ਵਾਲੇ ਬੱਚਿਆਂ ਨੂੰ ਸਿਰਫ ਇਹ ਇਮੈਜਿਨ ਕਰਨ ਦੀ ਵਾਸਤੇ ਆਖਾਂਗਾ ਕਿ ਇਮੈਜਿਨ ਕਰੋ ਤੁਸੀਂ 12ਵੀਂ ਕਲਾਸ ਜੋ ਕਿ ਤਕਰੀਬਨ ਬੱਚਾ 17-18 ਸਾਲ ਦੀ ਉਮਰ ਵਿੱਚ ਕਰ ਲੈਂਦਾ ਉਸ ਤੋਂ ਬਾਅਦ 3 ਸਾਲ ਦੀ MBA ਟ੍ਰੇਨਿੰਗ ਕਰਕੇ 1 ਸਾਲ ਦੀ ਇੰਡੀਅਨ ਮਿਲਟਰੀ ਅਕੈਡਮੀ ਟ੍ਰੇਨਿੰਗ ਕਰਕੇ 4 ਸਾਲਾਂ ਦਾ ਬੱਚਾ ਜਦੋਂ 21 ਸਾਲ ਦਾ ਤਿਆਰ ਹੁੰਦਾ ਫਸਟ ਕਲਾਸ ਗਜ਼ਟਡ ਅਫਸਰ ਬਣ ਕੇ ਹਿੰਦੁਸਤਾਨ ਦੇ ਕਿਸੇ ਵੀ ਪ੍ਰੋਫੈਸ਼ਨ ਤੋਂ ਜ਼ਿਆਦਾ ਉਹ ਤਨਖਾਹ ਲੈ ਕੇ ਔਰ ਦੇਸ਼ ਵਾਸਤੇ ਉਹ ਸਰਵਿਸ ਕਰ ਰਿਹਾ ਹੋਵੇ ਇਸ ਚੀਜ਼ ਨੂੰ ਇਮੈਜਿਨ ਕਰਨਾ ਨਾ ਕਿ ਸਿਰਫ ਅਸੀਂ 12ਵੀਂ ਤੋਂ ਬਾਅਦ ਬਾਹਰ ਜਾ ਕੇ ਕਿਸੇ ਡਿਪਲੋਮਾ ਐਡਵਾਂਸ ਡਿਪਲੋਮਾ ਕੋਰਸ ਨੂੰ ਕਰਕੇ ਉੱਥੇ ਦੇ ਲੋਅਰ ਤਬਕੇ ਜਾਂ ਮਿਡਲ ਤਬਕੇ ਦੇ ਅੰਦਰ ਜਾ ਕੇ ਕਿਸੇ ਦੇ ਅਧੀਨ ਰਹਿ ਕੇ ਨੌਕਰੀਆਂ ਕਰੀਏ ਅਤੇ ਉਸ ਚੀਜ਼ ਨੂੰ ਅਸੀਂ ਇਮੈਜਿਨ ਨਾ ਕਰੀਏ ਕਿ ਸਾਡੇ ਵਾਸਤੇ ਔਰ ਸਾਡੇ ਦੇਸ਼ ਵਾਸਤੇ ਸਾਡੀ ਕੌਮ ਵਾਸਤੇ ਪੰਜਾਬ ਵਾਸਤੇ ਇਹ ਸਭ ਤੋਂ ਬਿਹਤਰ ਰਹੇਗਾ ਇਸ ਦੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਬੱਚਿਆਂ ਨੂੰ ਜਿਹੜੇ ਕਮਰਸ਼ੀਅਲ ਡਿਫੈਂਸ ਫੋਰਸਿਸ ਨੇ ਜਿਸ ਤਰ੍ਹਾਂ ਕਿ ਮਰਚੈਂਟ ਨੇਵੀ ਉਹਦੇ ਵਾਸਤੇ ਵੀ ਤਿਆਰ ਕਰਨਾ ਹੈ ਮੈਨੂੰ ਬਹੁਤ ਮਾਣ ਹੈ ਦੱਸਦੇ ਹਾਂ ਕਿ ਸਾਡੇ ਬੱਚਿਆਂ ਨੇ ਸਾਡੇ ਵਾਸਤੇ ਇੱਕ ਬੜਾ ਫਖਰ ਵਾਲੀ ਗੱਲ ਕੀਤੀ ਹੈ ਕਿ ਜੋ ਪਹਿਲੇ ਬੈਚ ਦੇ ਵਿੱਚੋਂ 23 ਬੱਚੇ ਮਰਚੈਂਟ ਨੇਵੀ ਦੇ ਰਿਟਨ ਟੈਸਟ ਦੇ ਵਿੱਚੋਂ ਕਾਫੀ ਅੱਛੇ ਮੈਰਿਟ ਦੇ ਅੰਦਰ ਆਏ ਨੇ ਔਰ ਹੁਣ ਉਹਨਾਂ ਨੇ ਅੱਗੋਂ ਇੰਟਰਵਿਊ ਵਾਸਤੇ ਜਾਣਾ ਆਪਣੇ ਬੋਰਡ ਐਗਜ਼ਾਮ ਤੋਂ ਬਾਅਦ ਨਾਲ ਹੀ ਜਿਹੜੇ 8 ਬੱਚੇ NDA ਦੇ ਪਹਿਲੇ ਰਿਟਨ ਟੈਸਟ 'ਚੋਂ ਪਾਸ ਹੋਏ ਹਨ ਔਰ ਇਸ ਤੋਂ ਬਾਅਦ ਉਹਨਾਂ ਨੇ ਸਰਵਿਸ ਸਿਲੈਕਸ਼ਨ ਬੋਰਡ ਦੇ ਇੰਟਰਵਿਊ ਵਾਸਤੇ ਜਾਣਾ ਔਰ ਮੈਡੀਕਲ ਹੋਏਗਾ ਇਸ ਤੋਂ ਬਾਅਦ ਇਹ ਬੱਚੇ ਸਿੱਧਾ ਨੈਸ਼ਨਲ ਡਿਫੈਂਸ ਅਕੈਡਮੀ ਖੜਗ ਵਾਸਲਾ ਪੂਨਾ ਦੇ ਵਿੱਚ ਰਿਪੋਰਟ ਕਰਨਗੇ ਔਰ ਇਹ ਲੈਫਟੀਨੈਂਟ ਬਣਨਗੇ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਹਨਾਂ ਬੱਚਿਆਂ ਨੂੰ ਅਸੀਂ ਵੱਧ ਤੋਂ ਵੱਧ ਸਿਰਫ ਪਲੱਸ ਟੂ ਦੀ ਪੜ੍ਹਾਈ ਨਹੀਂ ਇਹਦੇ ਨਾਲ ਹੀ ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਉੱਤੇ ਉਹਨਾਂ ਦੇ ਕਮਿਊਨੀਕੇਸ਼ਨ ਸਕਿੱਲਸ ਦੇ ਉੱਤੇ ਇਸ ਤਰ੍ਹਾਂ ਦਾ ਕੰਮ ਕਰੀਏ ਕਿ ਬੱਚੇ ਹਰ ਜਗ੍ਹਾ ਦੇ ਉੱਤੇ ਕੋਨਫੀਡੈਂਸ ਰੱਖਣ ਔਰ ਬੜੀ ਕੋਨਫੀਡੈਂਟਲੀ ਕਿਸੇ ਵੀ ਸਬਜੈਕਟ ਦੇ ਉੱਤੇ ਬੋਲ ਸਕਣ ਉਹਦੇ ਉੱਤੇ ਕੰਮ ਕਰ ਸਕਣ ਕਿਸੇ ਵੀ ਫੀਲਡ ਵਿੱਚ ਜਾਣ ਉਹ ਪੂਰੇ ਕੋਨਫੀਡੈਂਸ ਦੇ ਨਾਲ ਉੱਥੇ ਆਪਣੇ ਅੱਛੀਆਂ ਮੱਲਾਂ ਮਾਰ ਸਕਣ ਮੋਬਾਈਲ ਫੋਨ ਅਸੀਂ ਆਪ ਹੀ ਬੱਚਿਆਂ ਨੂੰ ਸ਼ੁਰੂ ਤੋਂ ਆਪਣੇ ਸਹੂਲਤ ਵਾਸਤੇ ਦੇਣਾ ਸ਼ੁਰੂ ਕਰਦੇ ਹਾਂ ਔਰ ਜਦ ਤੱਕ ਬੱਚਾ 7ਵੀਂ 8ਵੀਂ ਕਲਾਸ ਤੱਕ ਆਉਂਦਾ ਇਹ ਉਹਦੀ ਜ਼ਿੰਦਗੀ ਦਾ ਇੱਕ ਅੰਗ ਬਣ ਜਾਂਦਾ ਜਿਸ ਦੇ ਉੱਤੇ ਬੱਚੇ ਨੇ ਆਪਣੇ ਸਭ ਕੰਮ ਕਰਨੇ ਸ਼ੁਰੂ ਕਰ ਦਿੱਤਾ ਪਰ ਮੋਬਾਈਲ ਫੋਨ ਬੱਚਿਆਂ ਦੇ ਸਿੱਖਣ ਵਾਲੇ ਬੱਚਿਆਂ ਵਾਸਤੇ ਇੱਕ ਬਹੁਤ ਵੱਡੀ ਬਿਮਾਰੀ ਹੈ ਮੈਂ ਇਸ ਗੱਲ ਨੂੰ ਬਿਲੀਵ ਕਰਨਾ ਔਰ ਇਸ ਕਰਕੇ ਸਾਡੀ ਅਕੈਡਮੀ ਦੇ ਅੰਦਰ ਮੋਬਾਈਲ ਫੋਨ ਬੱਚਿਆਂ ਨੂੰ ਅਲਾਊਡ ਨਹੀਂ ਨੇ ਬੱਚਿਆਂ ਨੂੰ ਘਰ ਗੱਲ ਕਰਨ ਵਾਸਤੇ ਅਸੀਂ ਉਹਨਾਂ ਨੂੰ ਫੈਸਿਲਿਟੀ ਦੇ ਰਹੇ ਹਾਂ ਹਫ਼ਤੇ ਦੇ ਅੰਦਰ 2 ਵਾਰੀ ਸਾਡੀ ਫੈਸਿਲਿਟੀ ਨੂੰ ਯੂਜ਼ ਕਰਕੇ ਉਹ ਆਪਣੇ ਪੇਰੈਂਟਸ ਦੇ ਨਾਲ ਗੱਲਬਾਤ ਕਰ ਸਕਦੇ ਨੇ ਇਸ ਤੋਂ ਇਲਾਵਾ ਸਾਡੇ ਕਿਊਰੀਕੁਲਮ ਦੇ ਮੁਤਾਬਕ ਉਹਨਾਂ ਨੂੰ ਕਿਤੇ ਵੀ ਮੋਬਾਈਲ ਫੋਨ ਦੀ ਜ਼ਰੂਰਤ ਨਹੀਂ ਹੁੰਦੀ ਇਸ ਕਰਕੇ ਪਰਮਿਟ ਨਹੀਂ ਦਿੱਤਾ ਜਾਵੇ ਹਾਂਜੀ ਇੱਕ ਹੋਰ ਸਵਾਲ ਹੈਗਾ ਕਿ ਆਪਦੀ ਅਕੈਡਮੀ ਦੇ ਬੱਚਿਆਂ ਦਾ ਫੀਡਬੈਕ ਦਾ ਕੀ ਸਿਸਟਮ ਹੈ ਕਿਸੇ ਵੀ ਅਦਾਰੇ ਵਿੱਚ ਫੀਡਬੈਕ ਸਿਸਟਮ ਦੀ ਬੜੀ ਮਹਾਨਤਾ ਹੁੰਦੀ ਹੈ ਸਾਡੀ ਅਕੈਡਮੀ ਦੇ ਅੰਦਰ ਬੱਚਿਆਂ ਦੇ ਫੀਡਬੈਕ ਦਾ ਸਿਸਟਮ ਇਸ ਤਰ੍ਹਾਂ ਦਾ ਕਿ ਹਰ ਰੋਜ਼ ਸ਼ਾਮ ਨੂੰ ਉਹਨਾਂ ਬੱਚਿਆਂ ਤੋਂ ਰੋਜ਼ ਦੀ ਜੋ ਵੀ ਕਾਰਵਾਈ ਕੀਤੀ ਜਾਂਦੀ ਹੈ ਉਹਦੇ ਬਾਰੇ ਫੀਡਬੈਕ ਲਈ ਜਾਂਦੀ ਹੈ ਉਹਦੇ ਅੰਦਰ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਰਹੀ ਹੈ ਜਾਂ ਉਹਦੇ 'ਚ ਕੋਈ ਇੰਪਰੂਵਮੈਂਟ ਕਰਨ ਦਾ ਸਕੋਪ ਹੈਗਾ ਉਹ ਰੋਜ਼ ਦੇ ਰੋਜ਼ ਉਹਦੀ ਫੀਡਬੈਕ ਮੇਰੇ ਕੋਲ ਆਉਂਦੀ ਹੈ ਉਹਨੂੰ ਅਸੀਂ ਅਡੋਪਟ ਕਰਦੇ ਹਾਂ ਇਸ ਦੇ ਨਾਲ ਹੀ ਹਰ 3 ਮਹੀਨਿਆਂ ਦੇ ਵਿੱਚ ਪੇਰੈਂਟਸ ਦੇ ਨਾਲ ਸਾਡੀ ਮੁਲਾਕਾਤ ਹੁੰਦੀ ਹੈ ਜਿਸ ਵਿੱਚ ਪੇਰੈਂਟਸ ਨੂੰ ਬੱਚਿਆਂ ਦੀ ਪ੍ਰੋਗਰੈਸ ਦੱਸੀ ਜਾਂਦੀ ਹੈ ਔਰ ਇਸ ਦੇ ਨਾਲ ਹੀ ਅਗਰ ਉਹਨਾਂ ਨੂੰ ਕੋਈ ਸੁਝਾਅ ਆਉਂਦੇ ਨੇ ਉਹਨਾਂ ਦੀ ਫੀਡਬੈਕ ਲੈ ਕੇ ਉਹਨਾਂ ਨੂੰ ਉਹਦੇ ਉੱਤੇ ਵੀ ਅਸੀਂ ਐਕਸ਼ਨ ਲੈਂਦੇ ਹਾਂ ਤਾਂ ਕਿ ਬੱਚਿਆਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਤਿਆਰ ਕੀਤਾ ਜਾ ਸਕੇ ਜਿਹੜੇ ਬੱਚੇ ਸਾਨੂੰ ਵੀਕ ਲੱਗਦੇ ਹਨ ਹਰ ਵਾਲੀ ਟੈਸਟ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਸਾਡੇ ਫੈਕਲਟੀ ਦੇ ਕੋਲ ਫੀਡਬੈਕ ਹੁੰਦੀ ਹੈ ਉਹਨਾਂ ਦੇ ਸਲਾਹ ਦੇ ਮੁਤਾਬਕ ਉਹਨਾਂ ਬੱਚਿਆਂ ਦੀ ਐਕਸਟਰਾ ਕਲਾਸਿਸ ਲਗਾ ਕੇ ਉਹਨਾਂ ਨੂੰ ਵੀ ਵਾਪਸ ਆਪਣੇ ਮਿਆਰ ਦੇ ਉੱਤੇ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਸੋਰੀ ਜਿੰਨਾ ਸਾਹਿਬ ਇੱਕ ਹੋਰ ਮੇਰਾ ਕੁਐਸਚਨ ਹੈ ਕਿ ਹੁਣ ਤੱਕ ਦੇ ਤੁਹਾਡੇ ਅਕੈਡਮੀ ਦੇ ਨਤੀਜੇ ਕੀ ਰਹੇ ਅਸੀਂ ਅਕੈਡਮੀ ਸ਼ੁਰੂ ਕਰਨ ਤੋਂ ਬਾਅਦ ਸਾਡੀ ਪੂਰੀ ਕੋਸ਼ਿਸ਼ ਰਹੀ ਹੈ ਇਸ ਬੱਚਿਆਂ ਨੂੰ ਚੰਗੇ ਤੋਂ ਚੰਗੇ ਤਰੀਕੇ ਨਾਲ ਤਿਆਰ ਕਰਨਾ ਪਹਿਲਾਂ ਜਦੋਂ ਅਸੀਂ ਐਡਮਿਸ਼ਨ ਕੀਤੇ
ਅਤੇ ਕੁਛ ਬੱਚੇ ਕਲਾਸ ਵਨ ਤੋਂ ਬਾਅਦ ਸਾਨੂੰ ਜੁਆਇਨ ਕੀਤਾ, ਉਹਨਾਂ ਦੇ ਵਿੱਚੋਂ ਦੋ ਬੱਚੇ ਆਪਣੇ ਫਾਈਨਲ ਇਗਜ਼ਾਮਾਂ ਦੇ ਉੱਤੇ ਸਫਲ ਰਹੇ, ਇੱਕ ਬੱਚੇ ਨੇ ਐਨ ਡੀ ਏ ਦਾ ਇਗਜ਼ਾਮ ਪਾਸ ਕੀਤਾ ਔਰ ਇੱਕ ਬੱਚੇ ਨੇ ਮਰਚੈਂਟ ਨੇਵੀ ਫਾਈਨਲੀ ਜੁਆਇਨ ਕੀਤੀ। ਜਦਕਿ ਹੁਣ ਜਿਹੜਾ ਸਾਡਾ ਪਹਿਲਾ ਬੈਚ ਤਿਆਰ ਹੋਇਆ, ਇਸ ਦੇ ਵਿੱਚੋਂ 23 ਬੱਚੇ ਆਲਰੇਡੀ ਮਰਚੈਂਟ ਨੇਵੀ ਦੇ ਰਿਟਨ ਟੈਸਟ ਨੂੰ ਪਾਸ ਕਰ ਚੁੱਕੇ ਨੇ ਔਰ ਦੂਸਰੇ ਇੱਕ ਹੋਰ ਕੰਪਨੀ ਦੇ ਅੰਦਰ ਉਹਨਾਂ ਟੈਸਟ ਦਿੱਤਾ, ਜਿਸ ਦੇ ਰਿਜ਼ਲਟ ਹੁਣ ਆਉਣ ਵਾਲੇ ਨੇ। ਮੈਨੂੰ ਉਮੀਦ ਹੈ ਕਿ 10 ਤੋਂ 12 ਬੱਚੇ ਹੋਰ ਸਾਡੇ ਮਰਚੈਂਟ ਨੇਵੀ ਦੇ ਨਤੀਜਿਆਂ ਦੇ ਵਿੱਚ ਪਾਸ ਨਿਕਲਣਗੇ। ਇਸ ਦੇ ਨਾਲ ਹੀ ਪਹਿਲਾਂ ਜੋ ਬੱਚਿਆਂ ਦਾ ਸਤੰਬਰ ਦੇ ਅੰਦਰ ਐਨ ਡੀ ਏ ਦਾ ਰਿਟਨ ਟੈਸਟ ਲਿਆ ਗਿਆ ਸੀ, ਉਸ ਦੇ ਅੰਦਰੋਂ 8 ਬੱਚੇ ਸਫਲ ਹੋਏ, ਜਿਨ੍ਹਾਂ ਦੀ ਹੁਣ ਆਪਣੇ ਸਰਵਿਸ ਸਿਲੈਕਸ਼ਨ ਬੋਰਡ ਦੀ ਪੂਰੀ ਤਿਆਰੀ ਕਰਾਈ ਜਾ ਰਹੀ ਹੈ, ਜੋ ਕਿ ਜਨਵਰੀ ਤੋਂ ਲੈ ਕੇ ਮਾਰਚ ਦੇ ਅੰਦਰ ਹੋਏਗਾ ਔਰ ਇਹਦੇ ਵਿੱਚੋਂ ਸਫਲ ਹੋਣ ਵਾਲੇ ਬੱਚੇ ਜੂਨ ਦੇ ਅੰਦਰ ਉਹ ਨੈਸ਼ਨਲ ਡਿਫੈਂਸ ਅਕੈਡਮੀ ਖੜਗਵਾਸਾ ਵਿੱਚ ਰਿਪੋਰਟ ਕਰਨਗੇ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਸ ਤੋਂ ਬਾਅਦ ਜਿਹੜੇ ਬੱਚੇ ਪਲੱਸ ਵਨ ਹੁਣ ਸਾਡੇ ਕੋਲ ਕਰ ਰਹੇ ਨੇ, ਅਗਲੇ ਸਾਲ ਸਤੰਬਰ ਦੇ ਅੰਦਰ ਉਹਨਾਂ ਨੂੰ ਐਨ ਡੀ ਏ ਦਾ ਟੈਸਟ ਦੇਣ ਦਾ ਮੌਕਾ ਆਏਗਾ ਔਰ ਉਸ ਦੇ ਅੰਦਰ ਉਹਨਾਂ ਬੱਚਿਆਂ ਦੀ ਤਿਆਰੀ ਇਸ ਤਰ੍ਹਾਂ ਦੀ ਕਰਾਈ ਜਾ ਰਹੀ ਹੈ ਕਿ ਘੱਟ ਤੋਂ ਘੱਟ 15-20 ਬੱਚੇ ਸਾਡੇ ਉਸ ਦੇ ਟੈਸਟ ਦੇ ਵਿੱਚੋਂ ਪਾਸ ਹੋ ਕੇ ਅੱਗੇ ਨਿਕਲਣ। ਮੈਨੂੰ ਪੂਰੀ ਉਮੀਦ ਹੈ ਜਿਸ ਤਰ੍ਹਾਂ ਕਿ ਬੱਚਿਆਂ ਦੀ ਹੁਣ ਫੀਡਬੈਕ ਆ ਰਹੀ ਹੈ, ਉਹਨਾਂ ਦੀ ਜੋ ਪਰਸਨੈਲਿਟੀ ਡਿਵੈਲਪਮੈਂਟ ਦੇ ਅੰਦਰ, ਉਹਨਾਂ ਦੀ ਜੋ ਫਿਜ਼ੀਕਲ ਟ੍ਰੇਨਿੰਗ ਦੇ ਅੰਦਰ ਜੋ ਫੀਡਬੈਕ ਆਈ ਹੈ, ਉਹਦੇ ਮੁਤਾਬਕ ਇਹ ਬੱਚੇ ਸਾਡੇ ਰਿਜ਼ਲਟਸ ਨੂੰ ਹੋਰ ਬਿਹਤਰ ਕਰਨਗੇ ਔਰ ਇਸ ਤੋਂ ਬਾਅਦ ਅਗਲੇ ਬਲਕਿ ਜਿਹੜੇ ਸਾਡੇ ਐਡਮਿਸ਼ਨ ਹੋਣ ਵਾਲੇ ਨੇ, ਜੋ ਕਿ 20 ਜਨਵਰੀ ਨੂੰ 2019 ਦੇ ਵਿੱਚ ਰਿਟਨ ਟੈਸਟ ਹੋਣਾ, ਉਹਦੇ ਵਿੱਚ ਆਉਣ ਵਾਲੇ ਬੱਚਿਆਂ ਨੂੰ ਵੀ ਅਸੀਂ ਜਾ ਕੇ ਅਵੇਅਰਨੈਸ ਦੇ ਰਹੇ ਹਾਂ ਆਪਣੇ ਜੋ ਨਤੀਜੇ ਆਏ ਨੇ ਉਹਨਾਂ ਦੇ ਮੁਤਾਬਕ, ਤਾਂ ਕਿ ਉਹਨਾਂ ਨੂੰ ਇਸ ਗੱਲ ਦੇ ਉੱਤੇ ਉਤਸ਼ਾਹ ਮਿਲੇ ਔਰ ਉਸ ਅਕੈਡਮੀ ਦੇ ਅੰਦਰ ਆਉਣ ਦਾ ਉਹ ਬੈਨੀਫਿਟ ਲੈ ਸਕੇ। Baba Banda Singh Bahadur Engineering College, Fatehgarh Sahib was established in 1993 by Baba Banda Singh Bahadur Educational Trust, formed under the patronage of Shiromani Gurdwara Prabandhak Committee. It is housed in a sprawling pollution-free campus of 90 acres. The college is approved by the AICTE, New Delhi Ministry of HRD, Government of India. And is affiliated to Punjab Technical University, Jalandhar. Baba Banda Singh Bahadur Engineering College, Fatehgarh Sahib.